ਇਟਲੀ ਦੇ ਮਿਲਾਨ ਹਵਾਈ ਅੱਡੇ ਵਿਖੇ ਟਰਮੀਨਲ 1 ਦੇ ਪੁਲ ਤੋਂ ਪੰਜਾਬੀ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼। ਇਟਲੀ ਦੇ ਮਿਲਪੇਂਸਾ ਹਵਾਈ ਅੱਡੇ ਦੇ ਟਰਮੀਨਲ 1 ਉੱਤੇ ਬਣੇ ਪੁਲ ਤੋਂ ਇੱਕ ਪੰਜਾਬੀ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਮਿਲਾਨ ਸਥਿਤ ਮਿਲਪੇਂਸਾ ਹਵਾਈ ਅੱਡੇ ਵਿਖੇ ਟਰਮੀਨਲ 1 ਦੇ ਪੁਲ ਤੋਂ ਜੋ ਕਿ 13 ਮੀਟਰ ਉੱਚਾ ਹੈ, ਪੰਜਾਬੀ ਅਜੇ ਕੁਮਾਰ ਵੱਲੋਂ ਚੱਲਦੇ ਸਮੇਂ ਅਚਾਨਕ ਛਾਲ ਮਾਰ ਦਿੱਤੀ ਗਈ। ਪੁਲ ਤੋਂ ਹੇਠਾਂ ਡਿੱਗਣ ਕਾਰਨ ਅਜੇ ਕੁਮਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਨੇੜੇ ਦੇ ਹਸਪਤਾਲ ਵਰੇਜੇ ਵਿਖੇ ਦਾਖਲ ਕਰਵਾਇਆ ਗਿਆ। ਅਜੇ ਕੁਮਾਰ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕੋਕਲਪੁਰ ਦਾ ਰਹਿਣ ਵਾਲਾ ਹੈ, ਜੋ ਬੀਤੇ ਦਿਨਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਉਸਦੇ ਰਿਸ਼ਤੇਦਾਰ ਉਸਦਾ ਇਲਾਜ ਕਰਾਉਣ ਲਈ ਉਸ ਨੂੰ ਭਾਰਤ ਭੇਜ ਰਹੇ ਸਨ, ਜਿਸ ਲਈ ਉਹ ਨਾਂਹ ਨੁੱਕਰ ਹੀ ਕਰਦਾ ਸੀ, ਪਰ ਕਿਸੇ ਨੂੰ ਰਸਾ ਵੀ ਭਿਣਕਣੀ ਪਈ ਕਿ ਅਜੇ ਕੁਮਾਰ ਇੰਜ ਵੀ ਕਰ ਸਕਦਾ ਹੈ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।